ਤੁਹਾਡੀਆਂ ਚੋਣਵੀਆਂ ਖਬਰਾਂ ਦਾ ਸਪੈਸ਼ਲ ਬੁਲੇਟਿਨ ਪ੍ਰਾਈਮ ਟਾਈਮ ਲੈ ਕੇ ਹਾਜ਼ਰ ਹਾਂ ਜੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਿਓ ਤਾਂ ਜੋ ਤੁਹਾਡੇ ਤੋਂ ਸੂਬੇ ਪੰਜਾਬ ਦੇ ਪ੍ਰਾਈਮ ਟਾਈਮ ਦੀ ਕੋਈ ਵੀ ਨਿੱਕੀ ਅਤੇ ਵੱਡੀ ਖਬਰ ਮਿਸ ਨਾ ਹੋਵੇ ਦੋਸਤੋ ਸ਼ੁਰੂਆਤ ਕਰਦੇ ਹਾਂ ਚੋਣ ਕਮਿਸ਼ਨ ਨੇ ਚੋਣ ਪ੍ਰਚਾਰ ਦੇ ਲਈ ਰੋਡ ਸ਼ੋਅ ਵਾਹਨ ਰੈਲੀਆਂ ਤੇ ਵਿਧਾਈ ਰੋਕ ਪੰਜ ਸੂਬੇ ਗੋਆ ਪੰਜਾਬ ਮਣੀਪੁਰ ਉੱਤਰਾਖੰਡ ਅਤੇ ਉੱਤਰ ਪ੍ਰਦੇਸ਼ ਵਿੱਚ ਹੈ ਵਿધાન ਸਭਾ ਚੋਣਾਂ ਨੇੜੇ ਆਉਣ ਦੇ ਨਾਲ ਚੋਣ ਕਮਿਸ਼ਨ ਨੇ ਜਨਤਕ ਮੀਟਿੰਗਾਂ ਅਤੇ ਘੜ ਘੜ ਪ੍ਰਚਾਰ ਕਰਨ ਦੀ ਆਗਿਆ ਦੇਣ ਅਤੇ ਹੋਰ ਫੈਸਲੇ ਲੈਣ ਲਈ ਕੋਵਿਡ-19 ਮਹਾਮਾਰੀ ਦੀ ਸਥਿਤੀ ਦੀ ਸਮੀਖਿਆ ਕੀਤੀ ਇਸ ਦੌਰਾਨ ਚੋਣ ਕਮਿਸ਼ਨ ਨੇ ਐਤਵਾਰ ਨੂੰ ਰੋਡ ਸ਼ੋਅ ਪੈਦਲ ਯਾਤਰਾ ਸਾਈਕਲ ਅਤੇ ਵਾਹਨ ਰੈਲੀਆਂ ਤੇ ਪਾਬੰਦੀ ਵਧਾ ਦਿੱਤੀ ਹੈ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਦੋਸਤੋ ਪੰਜਾਬ ਦੇ ਵਿੱਚ ਤੇ ਪੰਜ ਰਾਜਾਂ 'ਚ ਹੋਣ ਵਾਲੀਆਂ ਚੋਣ ਰੈਲੀਆਂ ਨੂੰ ਲੈ ਕੇ ਰੋਡ ਸ਼ੋਅ ਵਾਹਨ ਰੈਲੀਆਂ ਜਲੂਸਾ ਤੇ ਪਾਬੰਦੀ ਜਾਰੀ ਰਹੇਗੀ ਅਗਲੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਲਤਾ ਮੰਗੇਸ਼ਕਰ ਦਾਤ ਸੁਰਾਂ ਦੀ ਮਾਲਕ ਮਲਿਕਾ ਲਤਾ ਮੰਗੇਸ਼ਕਰ ਦਾ ਹੋਇਆ ਦੇਹਾਂਤ ਆਪਣੀ ਸੁਰੀਲੀ ਆਵਾਜ਼ ਦੇ ਨਾਲ ਦੇਸ਼ ਦੁਨੀਆ ਤੇ ਦਹਾਕਿਆਂ ਤੱਕ ਰਾਜ ਕਰਨ ਵਾਲੀ ਸੁਰਾਂ ਦੀ ਮਲਿਕਾ ਲਤਾ ਮੰਗੇਸ਼ਕਰ ਦਾ 92 ਸਾਲ ਦੀ ਉਮਰ ਦੇ ਵਿੱਚ ਦੇਹਾਂਤ ਹੋ ਗਿਆ ਹੈ ਭਾਰਤ ਰਤਨ ਨਾਲ ਸਨਮਾਨਿਤ ਮਸ਼ਹੂਰ ਗਾਇਕਾ ਨੇ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਦੇ ਵਿੱਚ ਆਖਰੀ ਸਾਹ ਲਿਆ ਉਹ 92 ਸਾਲਾਂ ਦੀ ਸੰਤ ਤੇ ਦੁਨੀਆ ਪਰਚੂ ਨਾਈ ਕਿੰਗ ਫੇਲ ਆਫ ਇੰਡੀਆ ਦੇ ਨਾਂ ਨਾਲ ਜਾਣੀ ਜਾਂਦੀ ਸੀ ਉਹਨਾਂ ਨੇ ਹਿੰਦੀ ਸਿਨੇਮਾ ਨੂੰ ਪਹਿਲਾ ਪਲੇਬੈਕ ਗਾਇਕ ਤੇ ਕਰੀਬ 5 ਦਹਾਕਿਆਂ ਤੱਕ ਰਾਜ ਕੀਤਾ ਲਤਾ ਮੰਗੇਸ਼ਕਰ ਦੇ ਗੀਤਾਂ ਨੂੰ ਹਰ ਪੀੜੀ ਦਾ ਪਿਆਰ ਮਿਲਿਆ ਹੈ ਲੰਬੇ ਸਮੇਂ ਤੋਂ ਉਹ ਬਿਮਾਰ ਸਨ ਦਿਗਜ ਹਸਤੀਆਂ ਨੇ ਸ਼ਰਧਾਂਜਲੀ ਉਹਨਾਂ ਨੂੰ ਦਿੱਤੀ ਹੈ ਕਰੋਨਾ ਦੇ ਚੱਲਦੇ ਹੋਏ ਪੰਜਾਬ ਸਰਕਾਰ ਦੇ ਵੱਲੋਂ ਨਵੀਆਂ ਗਾਈਡਲਾਈਨਜ਼ ਜਾਰੀਆਂ ਸੂਬੇ ਭਰ ਦੇ ਵਿੱਚ ਖੋਲੇ ਜਾਣਗੇ ਸਕੂਲ ਸੋ ਪੰਜਾਬ ਦੇ ਵਿੱਚ ਕਰੋਨਾ ਦੇ ਚੱਲਦੇ ਆ ਸਰਕਾਰ ਨੇ ਨਵੀਆਂ ਗਾਈਡਲਾਈਨਸ ਜਾਰੀ ਕੀਤੀਆਂ ਨੇ ਪੰਜਾਬ ਸਰਕਾਰ ਨੇ ਕਰੋਨਾ ਬਿਮਾਰੀ ਕਾਰਨ ਬੰਦ ਕੀਤੇ ਗਏ ਸੂਬੇ ਦੇ ਸਕੂਲ ਕਾਲਜ ਖੋਲਣ ਦਾ ਐਲਾਨ ਕੀਤਾ ਪੰਜਾਬ ਸਰਕਾਰ ਵੱਲੋਂ ਜਾਰੀ ਹੁਕਮ ਮੁਤਾਬਕ 7 ਫਰਵਰੀ ਮਤਲਬ ਸੋਮਵਾਰ ਤੋਂ 6ਵੀਂ ਕਲਾਸ ਤੋਂ ਉੱਪਰ ਵਾਲੀਆਂ ਕਲਾਸਾਂ ਦੇ ਸਕੂਲ ਖੋਲਣ ਦੀ ਮਨਜ਼ੂਰੀ ਦੇ ਦਿੱਤੀ ਆ ਹਾਲਾਂਕਿ 5ਵੀਂ ਜਮਾਤ ਦੇ ਬੱਚਿਆਂ ਲਈ ਸਕੂਲ ਬੰਦ ਰਹਿਣਗੇ ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਕਾਲਜਾਂ ਅਤੇ ਯੂਨੀਵਰਸਿਟੀਆਂ ਨੂੰ ਖੋਲਣ ਦੀ ਮਨਜ਼ੂਰੀ ਦਿੱਤੀ ਗਈ ਹੈ ਲਤਾ ਮੰਗੇਸ਼ਕਰ ਦੇ ਦੇਹਾਂਤ ਤੇ ਦੋ ਦਿਨਾਂ ਦਾ ਰਾਸ਼ਟਰੀ ਸ਼ੋਗ ਅੱਜ ਸ਼ਾਮ ਨੂੰ ਰਾਸ਼ਟਰੀ ਸਨਮਾਨਾਂ ਨਾਲ ਕੀਤਾ ਗਿਆ ਸੰਸਕਾਰ ਭਾਰਤ ਵਿੱਚ ਮੈਡੀਕਲ ਸਿੱਖਿਆ ਹੋਵੇਗੀ ਸਸਤੀ ਪ੍ਰਾਈਵੇਟ ਕਾਲਜਾਂ ਦੀਆਂ 50% ਸੀਟਾਂ ਤੇ ਲਾਗੂ ਹੋਵੇਗੀ ਸਰਕਾਰੀ ਫੀਸ نیشنل ਮੈਡੀਕਲ ਕਮਿਸ਼ਨ ਨੇ ਜਾਰੀ ਕੀਤੇ ਨਵੇਂ ਦਿਸ਼ਾ ਨਿਰਦੇਸ਼ ਪਰ ਉਸ ਤੋਂ ਪਹਿਲਾਂ ਦੋਸਤੋ ਨਿੱਕੀ ਜੀ ਬੇਨਤੀ ਆ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਤੁਹਾਡਾ ਇੱਕ ਇੱਕ ਲਾਈਕ ਸਬਸਕ੍ਰਾਈਬ ਅਤੇ ਸ਼ੇਅਰ ਹੀ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਸੋ ਦੋਸਤੋ ਜਿਆਦਾ ਤੋਂ ਜਿਆਦਾ ਵੀਡੀਓ ਨੂੰ ਸ਼ੇਅਰ ਕਰੋ ਜੇਕਰ ਤੁਸੀਂ ਚਾਹੁੰਦੇ ਹੋ ਕਿ ਸਾਰੇ ਸਕੂਲਾਂ ਦੀ ਫੀਸ ਜਿਹੜੀ ਉਹ ਸਰਕਾਰ ਦੇ ਵੱਲੋਂ ਮਾਫ ਕੀਤੀ ਜਾਵੇ ਤਾਂ ਕਮੈਂਟ ਸੈਕਸ਼ਨ ਵਿੱਚ ਯੈਸ ਜ਼ਰੂਰ ਲਿਖੋ ਨੈਸ਼ਨਲ ਮੈਡੀਕਲ ਕਮਿਸ਼ਨ ਨੇ ਪ੍ਰਾਈਵੇਟ ਮੈਡੀਕਲ ਸੰਸਥਾਵਾਂ ਦੇ ਵਿੱਚ ਡੀ ਐਮ ਡੂ ਯੂਨੀਵਰਸਿਟੀਆਂ ਦੇ ਵਿੱਚ 50% ਸੀਟਾਂ ਦੇ ਸਬੰਧ ਵਿੱਚ ਫੀਸਾਂ ਤੇ ਹੋਰ ਖਰਚਿਆਂ ਨੂੰ ਨਿਯੰਤਰਿਤ ਕਰਨ ਲਈ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ ਜਿਆਦਾ ਜਾਣਕਾਰੀ ਲਈ ਚੈਨਲ ਤੇ ਪਾਈ ਹੋਈ ਸ਼ਾਰਟ ਵੀਡੀਓ ਨੂੰ ਚੈੱਕ ਕਰ ਸਕਦੇ ਹੋ ਕਰੋਨਾ ਵਾਇਰਸ ਆਪ ਇੰਡੀਆ ਅਪਡੇਟਸ ਕਰੋਨਾ ਤੋਂ ਸਭ ਤੋਂ ਵੱਡੀ ਰਾਹਤ ਆ ਜੀ ਦੇਸ਼ ਦੇ ਵਿੱਚ ਘਟੇ 24 ਘੰਟਿਆਂ ਦੇ ਵਿੱਚ ਮਾਮਲੇ 1,07,000 ਨਵੇਂ ਮਾਮਲੇ ਸੋ ਦੇਸ਼ ਦੇ ਵਿੱਚ ਜਾਣ ਲੇਵਾ ਕਰੋਨਾ ਵਾਇਰਸ ਮਹਾਂਮਾਰੀ ਦੇ ਕੇਸ ਕੱਲ ਦੇ ਮੁਕਾਬਲੇ ਅੱਜ ਘਟਨੇ ਪਿਛਲੇ 24 ਘੰਟਿਆਂ ਵਿੱਚ ਕਰੋਨਾ ਦੇ ਨਵੇਂ 1,7400 74 ਮਾਮਲੇ ਸਾਹਮਣੇ ਆਏ ਹਨ ਤੇ 865 ਲੋਕਾਂ ਦੀ ਮੌਤ ਹੋਈ ਹੈ ਕੱਲ ਦੇ ਨਾਲੋਂ ਅੱਜ ਕਰੋਨਾ ਦੇ ਮਾਮਲੇ ਘੱਟ ਸਾਹਮਣੇ ਆਏ ਹਨ ਅਗਲੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਪੰਜਾਬ ਚੋਣਾਂ 2022 ਪੀਐਮ ਮੋਦੀ ਦੀਆਂ ਵਰਚੁਅਲ ਰੈਲੀਆਂ ਦੀਆਂ ਤਰੀਕਾਂ ਦਾ ਐਲਾਨ 20 ਫਰਵਰੀ ਨੂੰ ਪੰਜਾਬ ਪਾਰ ਦੇ ਵਿੱਚ ਵਿਧਾਨ ਸਭਾ ਚੋਣਾ ਹੋਣ ਜਾ ਰਹੀਆਂ ਨੇ ਭਾਜਪਾ ਨੇ ਚੋਣ ਪ੍ਰਚਾਰ ਕਰਨ ਦੀਆਂ ਪੂਰੀਆਂ ਤਿਆਰੀਆਂ ਕਰ ਲਈਆਂ ਨੇ 30 ਵੱਡੇ ਲੀਡਰਾਂ ਦੇ ਸਟਾਰ ਪ੍ਰਚਾਰਕ ਵੀ ਤੈਅ ਕੀਤੇ ਜਾ ਚੁੱਕੇ ਹਨ ਜਿਨ੍ਹਾਂ ਦੇ ਵਿੱਚੋਂ ਸਭ ਤੋਂ ਪਹਿਲਾ ਨਾਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਹੈ ਪ੍ਰਧਾਨ ਮੰਤਰੀ ਮੋਦੀ ਪੰਜਾਬ ਦੇ ਵਿੱਚ ਆਪਣੇ ਪ੍ਰਚਾਰ ਦੀ ਮੁਹਿੰਮ ਸ਼ੁਰੂ ਕਰਨ ਜਾ ਰਹੇ ਹਨ ਫਿਰੋਜ਼ਪੁਰ ਰੈਲੀ ਰੱਦ ਹੋਣ ਮਗਰੋਂ ਪੀਐਮ ਦੀ ਇਹ ਪਹਿਲੀ ਰੈਲੀ ਕਰਨ ਜਾ ਰਹੇ ਹਨ ਇਹ ਵਰਚੁਅਲ ਤਰੀਕੇ ਨਾਲ ਕੀਤੀ ਜਾਵੇਗੀ ਪਤਾ ਲੱਗਾ ਕਿ 8 ਅਤੇ 9 ਫਰਵਰੀ ਨੂੰ ਵਰਚੁਅਲ ਰੈਲੀ ਕਰਨਗੇ ਪੀਐਮ ਮੋਦੀ ਦੋ ਦਿਨ ਵਰਚੁਅਲ ਰੈਲੀ ਦੇ ਰਾਹੀਂ ਪੰਜਾਬ ਦੇ ਲੋਕਾਂ ਨੂੰ ਸੰਬੋਧਨ ਹੋਣਗੇ 18 ਤੋਂ 20 ਫਰਵਰੀ ਤੱਕ ਸ਼ਰਾਬ ਦੀ ਵਿਕਰੀ ਤੇ ਪਾਬੰਦੀ ਜਾਰੀ ਰਹੇਗੀ ਹੋਰ ਕੀ ਪਾਬੰਦੀਆਂ ਨੇ ਚੈਨਲ ਦੇ ਪਾਈ ਸ਼ਾਰਟ ਵੀਡੀਓ ਨੂੰ ਚੈੱਕ ਕਰੋ ਬ੍ਰੇਕਿੰਗ ਨਿਊਜ਼ ਆਜੀ ਕਾਂਗਰਸ ਦੇ ਕਲੇਸ਼ ਵਿਚਾਲੇ ਬੋਲੇ ਸੁਨੀਲ ਜਾਖੜ ਕਾਂਗਰਸ ਛੱਡਣ ਬਾਰੇ ਸਪਸ਼ਟ ਕੀਤਾ ਹੈ ਸੋ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਐਤਵਾਰ ਨੂੰ ਪਾਰਟੀ ਛੱਡਣ ਦੀਆਂ ਖਬਰਾਂ ਨੂੰ ਖਾਰਜ ਕਰ ਦਿੱਤਾ ਰਿਪੋਰਟਾਂ ਦੇ ਵਿੱਚ ਕਿਹਾ ਗਿਆ ਸੀ ਕਿ ਉਹ ਪਿਛਲੇ ਕੁਝ ਮਹੀਨਿਆਂ ਵਿੱਚ ਉਹ ਆਪਣੀ ਘਟਨਾ ਕਰਨ ਤੋਂ ਦੁਖੀ ਹਨ ਇਸੇ ਕਰਕੇ ਉਹ ਪਾਰਟੀ ਛੱਡਣ ਜਾ ਰਹੇ ਹਨ ਜਾਕਰ ਨੇ ਕਿਹਾ ਕਿ ਫਿਲਹਾਲ ਉਹ ਪਾਰਟੀ ਛੱਡਣ ਦੇ ਮੂਡ ਵਿੱਚ ਨਹੀਂ ਹਨ ਉਹਨਾਂ ਨੇ ਆਪਣਾ ਮੂਡ ਕੈਨਸਲ ਕਰ ਦਿੱਤਾ ਹੈ ਮੈਂ ਅਜੇ ਵੀ ਕਾਂਗਰਸ ਦਾ ਹਿੰਸਾ ਹਾਂ ਕਾਂਗਰਸ ਪਾਰਟੀ ਨੇ ਉਹਨਾਂ ਨੂੰ ਬਹੁਤ ਕੁਝ ਦਿੱਤਾ ਹੈ ਕਾਂਗਰਸ ਦੇ ਪ੍ਰਤੀ ਮੇਰੀ ਵਚਨਬੱਧਤਾ ਤੇ ਸ਼ੱਕ ਕਰਨ ਵਾਲੇ ਮੇਰੇ ਖਿਲਾਫ ਝੂਠੀਆਂ ਫੁਵਾਹ ਫੁਲਾ ਰਹੇ ਹਨ ਉਹਨਾਂ ਨੇ ਕਿਹਾ ਜਿਉ ਵਿਧਾਨ ਸਭਾ ਚੋਣਾਂ ਲਈ ਸਰਗਰਮੀ ਨਾਲ ਪ੍ਰਚਾਰ ਨਹੀਂ ਕਰ ਰਹੇ ਕਿਉਂਕਿ ਉਹ ਚੋਣ ਹੀ ਨਹੀਂ ਲੜ ਰਹੇ ਪੰਜਾਬ ਦੇ ਵਿੱਚ ਸ਼ਰਾਬ ਦੇ ਠੇਕੇ ਖੋਲਣ ਦੇ ਹੱਕ ਜੋ ਆਮ ਆਦਮੀ ਪਾਰਟੀ ਭਗਵੰਤ ਮਾਨ ਪੰਜਾਬ ਵਿਧਾਨ ਸਭਾ ਚੋਣਾਂ ਦੇ ਲਈ ਸਿਆਸੀ ਮੈਦਾਨ ਪੂਰੀ ਤਰ੍ਹਾਂ ਭਖਿਆ ਹੈ ਅਜੇ ਵਿੱਚ ਪਲਟਵਾਰ ਦਾ سلسلہ ਵੀ ਜਾਰੀ ਹੈ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਤੇ ਕੇਂਦਰੀ ਮੰਤਰੀ ਸਿਮਰਤੀ ਰਾਨੀ ਵੱਲੋਂ ਦਿੱਲੀ ਸਰਕਾਰ ਦੇ ਰਾਸ਼ਟਰੀ ਰਾਜਸਥਾਨੀ ਦੇ ਵਿੱਚ ਸਿਰਫ ਮੁਨਾਫੇ ਲਈ ਸ਼ਰਾਬ ਦੀਆਂ ਦੁਕਾਨਾਂ ਖੋਲਣ ਦੇ ਬਿਆਨ ਤੇ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਸੀਐਮ ਫੇਸ ਭਗਵੰਤ ਮਾਨ ਨੇ ਜਵਾਬ ਦਿੱਤਾ ਉਹਨਾਂ ਨੇ ਕਿਹਾ ਜੀ ਪਾਰਟੀ ਸ਼ਰਾਬ ਦੀਆਂ ਦੁਕਾਨਾਂ ਖੋਲਣ ਦਾ ਸਮਰਥਨ ਕਰਦੀ ਹੈ ਸਿਮਰਤੀ ਹਰਾਨੀ ਦੇ ਬਿਆਨ ਦਾ ਵਿਰੋਧ ਕਰਦੇ ਹੋਏ ਮੰਨ ਲਿਆ ਕਿ ਸ਼ਰਾਬ ਦੀਆਂ ਦੁਕਾਨਾਂ ਤੋਂ ਕੱਟੀ ਹੋਈ ਰਕਮ ਦੀ ਵਰਤੋਂ ਬੁਨਿਆਦੀ ਢਾਂਚੇ ਦੇ ਵਿਕਾਸ ਸਕੂਲਾਂ ਦੀ ਸਾਰੀ ਬਿਜਲੀ ਦੀ ਸਹੀ ਸਪਲਾਈ ਯਕੀਨੀ ਬਣਾਉਣ ਦੇ ਲਈ ਕੀਤੀ ਜਾਵੇਗੀ ਉਹਨਾਂ ਨੇ ਕਿਹਾ ਕਿ ਦਿੱਲੀ ਵਿੱਚ ਭਾਜਪਾ ਕੋਲੇ 4-5 ਸੀਟਾਂ ਹਨ ਇਸ ਲਈ ਉਹਨਾਂ ਨੂੰ ਆਮ ਆਦਮੀ ਪਾਰਟੀ ਦੇ ਸਵਾਲ ਚੁੱਕਣ ਤੋਂ ਇਲਾਵਾ ਹੋਰ ਕੋਈ ਕੰਮ ਨਹੀਂ ਭਗਵੰਤ ਮਾਨ ਨੇ ਕਾਂਗਰਸ ਨੂੰ ਲਲਕਾਰਿਆ 10 ਸੀਐਮ ਉਮੀਦਵਾਰਾਂ ਦਾ ਐਲਾਨ ਕਰ ਲਵੋ ਪਰ ਤੁਸੀਂ ਜਿੱਤਦੇ ਨਹੀਂ ਮੁੱਖ ਮੰਤਰੀ ਉਮੀਦਵਾਰ ਨੂੰ ਲੈ ਕੇ ਕਾਂਗਰਸ ਅੰਦਰ ਚੱਲ ਰਹੇ ਸਿਆਸੀ ਉਥਲ-ਪੁਥਲ ਨੂੰ ਆਮ ਆਦਮੀ ਪਾਰਟੀ ਦੇ ਸੀਐਮ ਉਮੀਦਵਾਰ ਭਗਵੰਤ ਮਾਨ ਨੇ ਕਿਹਾ ਜੇਕਰ ਕਾਂਗਰਸ 10 ਉਮੀਦਵਾਰਾਂ ਦਾ ਐਲਾਨ ਵੀ ਕਰ ਦੇਵੇ ਤਾਂ ਪੰਜਾਬ ਵਿੱਚ ਸਰਕਾਰ ਨਹੀਂ ਬਣ ਸਕਦੀ ਮਾਨ ਨੇ ਚੁਣੌਤੀ ਦਿੱਤੀ ਕਿ ਜੇਕਰ ਕਾਂਗਰਸ ਕਿਸੇ ਵੀ ਕੀਮਤ ਵਿੱਚ ਸੂਬੇ ਚੋਂ ਸਰਕਾਰ ਬਣਾਉਣ ਦੀ ਸਥਿਤੀ ਵਿੱਚ ਨਹੀਂ ਹੈ ਭਗਵੰਤ ਮਾਨ ਬਰਨਾਲਾ ਵਿੱਚ ਚੋਣ ਪ੍ਰਚਾਰ ਕਰਦੇ ਹੋਏ ਕਿਹਾ ਕਿ ਇਸ ਵਾਰ ਸੂਬੇ ਦੇ ਵਿੱਚ ਸਿਰਫ ਇੱਕ ਤਰਫਾ ਜਿੱਤ ਹੋਵੇਗੀ ਉਹ ਵੀ ਆਮ ਆਦਮੀ ਪਾਰਟੀ ਦੀ ਪਿਓ ਵੱਲੋਂ ਸੁੱਤੇ ਪਏ ਆਪਣੇ ਦੋਹਾਂ ਬੱਚਿਆਂ ਦੇ ਸਿਰ 'ਚੋਂ ਹਥੌੜਾ ਮਾਰਨ ਪਿੱਛੋਂ ਖੁਦਕੁਸ਼ੀ ਮੋਗਾ ਦੇ ਪਿੰਡ ਰਾਮੂ ਵਾਲਾ ਕਲਾ 'ਚ ਅੱਜ ਸਵੇਰੇ ਇੱਕ ਵਿਅਕਤੀ ਨੇ ਕਥਿਤ ਤੌਰ ਤੇ ਆਪਣੇ ਸੁੱਤੇ ਪਏ ਦੋ ਬੱਚਿਆਂ ਦੇ ਸਿਰ 'ਤੇ ਹਥੌੜੇ ਨਾਲ ਵਾਰ ਕਰਕੇ ਉਹਨਾਂ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਜਿਸ ਤੋਂ ਬਾਅਦ ਖੁਦ ਖੁਦਕੁਸ਼ੀ ਕਰ ਲਈ ਦੋਵੇਂ ਬੱਚੇ ਹਸਪਤਾਲ ਵਿੱਚ ਮੌਤ ਦੀ ਲੜਾਈ ਜ਼ਿੰਦਗੀ ਦੀ ਲੜਾਈ ਲੜ ਰਹੇ ਹਨ ਪਿਓ ਅੱਜ ਤੜਕਸਰ ਸੁੱਤੀ ਪੀ ਨਵਾਲਗ ਤੀ ਤੇ ਪੁੱਤ ਦੇ ਸਿਰ ਵਿੱਚ ਕੱਟੇ ਤੌਰ ਤੇ ਹਥੌੜੇ ਨਾਲ ਵਾਰ ਕੀਤਾ ਜਿਸ ਨੂੰ ਗੰਭੀਰ ਰੂਪ ਦੇ ਵਿੱਚ ਜ਼ਖਮੀ ਕਰ ਦਿੱਤਾ ਗਿਆ ਹੈ। ਸਿੱਧੂ ਨੇ ਕਦੇ ਪੰਜਾਬ ਮਾਡਲ ਮੈਨੂ ਨਹੀਂ ਦਿਖਾਇਆ ਮਨਪ੍ਰੀਤ ਬਾਦਲ 2022 ਦੀਆਂ ਚੋਣਾਂ ਨੂੰ ਲੈ ਕੇ ਚੋਣਾ ਖੜਾ ਪੱਖਿਆ ਹੋਇਆ ਹੈ ਹਰ ਕੋਈ ਆਪਣੀ ਪਾਰਟੀ ਲਈ ਚੋਣ ਪ੍ਰਚਾਰ ਕਰ ਰਿਹਾ ਹੈ ਸਭ ਨੇ ਚੋਣਾਂ ਨੂੰ ਲੈ ਕੇ ਕਮਰ ਕਸੀ ਹੋਈ ਹੈ ਇਸੇ ਚੋਣਾਂ ਨੂੰ ਲੈ ਕੇ ਰੋਜ਼ਾਨਾ ਗੱਲਬਾਤਾਂ ਹੁੰਦੀਆਂ ਰਹਿੰਦੀਆਂ ਨੇ ਲਜਾਮ ਲੱਗਦੇ ਰਹਿੰਦੇ ਨੇ ਸੋ ਵਿੱਤ ਮੰਤਰੀ ਬੜਪ੍ਰੀਤ ਬਾਦਲ ਨੇ ਕਿਹਾ ਹੈ ਕਿ ਸਿੱਧੂ ਪੰਜਾਬ ਮਾਡਲ ਪੰਜਾਬ ਮਾਡਲ ਕਰਦਾ ਰਹਿੰਦਾ ਪਰ ਉਸਨੇ ਕਦੀ ਮੈਨੂੰ ਤਾਂ ਮਾਡਲ ਨਹੀਂ ਦਿਖਾਇਆ ਬਠਿੰਡਾ ਦੀ ਗੱਲ ਕਰਦੇ ਆਂ ਜੇ ਇਸ ਵਾਰ ਮਨਪ੍ਰੀਤ ਬਾਦਲ ਦੀ ਕੀ ਤਿਆਰੀ ਹੈ ਬਠਿੰਡਾ ਸ਼ਹਿਰੀ ਤੋਂ ਉਹਨਾਂ ਨੇ ਕਿਹਾ ਜੀ ਇਹ ਇਮਤਿਹਾਨ ਇਸ ਦੇ ਵਿੱਚ ਦੋ ਤਰ੍ਹਾਂ ਦੇ ਵਿਦਿਆਰਥੀ ਮਿਲਦੇ ਨੇ ਇੱਕ ਜੋ ਸਾਰਾ ਸਾਲ ਪੜ੍ਹਦੇ ਨੇ ਦੂਸਰਾ ਜੋ ਖੇਰਲੇ 15 ਦਿਨ ਹੀ ਕਿਤਾਬ ਚੁੱਕਦੇ ਨੇ ਸੋ ਜੇ 5 ਸਾਲ ਦੀ ਤਿਆਰੀ ਕੀਤੀ ਹੋਵੇ ਤਾਂ ਇਮਤਿਹਾਨ ਸੌਖੇ ਲੱਗਦੇ ਨੇ ਜੇ ਗਾਈਡ ਵਾਲਾ ਹਿਸਾਬ ਹੋਵੇ ਤਾਂ ਫਿਰ ਇਮਤਿਹਾਨਾਂ ਵਿੱਚ ਨਮੂਸ਼ੀ ਆ ਜਾਂਦੀ ਹੈ ਪੰਜਾਬ ਚੋਣਾਂ ਦੇ ਵਿੱਚ ਅਰੂਸਾ ਆਲਮ ਦੀ ਐਂਟਰੀ ਸੀਐਮ ਚੰਨੀ ਕਮਜ਼ੋਰ ਕਰਾਰ ਕੈਪਟਨ ਨੂੰ ਦੱਸਿਆ ਫਾਈਟਰ ਵਿਧਾਨ ਸਭਾ ਚੋਣਾਂ ਦੇ ਵਿੱਚ ਦੁਬਾਰਾ ਪਾਕਿਸਤਾਨੀ ਪੱਤਰਕਾਰ ਅਰੂਸਾ ਆਲਮ ਦੀ ਐਂਟਰੀ ਹੋ ਗਈ ਹੈ ਅਰੂਸਾ ਆਲਮ ਨੇ ਹੁਣ ਪੰਜਾਬ ਚ ਕਾਂਗਰਸ ਦੇ ਅੰਦਰ ਚੱਲ ਰਹੇ ਕਮਸਾਨ ਤੇ ਚੁਟਕੀ ਲਈ ਹੈ ਅਰੂਸਾ ਨੇ ਕਿਹਾ ਕਿ ਕਾਂਗਰਸ ਨੂੰ ਆਪਣੇ ਕਰਮਾਂ ਦੀ ਸਜ਼ਾ ਭੁਗਤਣੀ ਪੈ ਰਹੀ ਉਹਨਾਂ ਨੇ ਪੋਇਟਿਕ ਜਸਟਿਸ ਜਸਟਿਸ ਕਿਹਾ ਹੈ ਅਰੂਸਾ ਨੇ ਵੀ ਕਿਹਾ ਕਿ ਪੰਜਾਬ ਦੀਆਂ ਚੋਣਾਂ ਤੇ ਉਸ ਨੇ ਆਪਣੀ ਤਿੱਖੀ ਨਜ਼ਰ ਰੱਖੀ ਹੈ ਗੱਲਬਾਤ ਕਰਦਿਆਂ ਰੂਸਾ ਨੇ ਕਿਹਾ ਕਿ ਚੰਨੀ ਵਰਗੇ ਕਮਜ਼ੋਰ ਮੁੱਖ ਮੰਤਰੀ ਨੂੰ ਗੈਰ ਜਮਹੂਰੀ ਤਰੀਕੇ ਨਾਲ ਬਣਾਇਆ ਗਿਆ ਰੂਸਾ ਨੇ ਕੈਪਟਨ ਮਰਿੰਦਰ ਸਿੰਘ ਨੂੰ ਫਾਇਟਰ ਦੱਸਿਆ ਰੂਸਾ ਨੇ ਕਿਹਾ ਕਿ ਕੈਪਟਨ ਸਾਫ ਸੁੱਤਰੇ ਨੇਤਾ ਨੇ ਉਹਨਾਂ ਨੂੰ ਸਿਆਸਤ ਦੀ ਲੋੜ ਮੋਬਾਈਲ ਦੇ ਵਿੱਚ ਬੈਠੇ ਰਹਿੰਦੇ ਹਨ ਉਹਨਾਂ ਦਾ ਮੰਤ్రਾਲਾ ਨਵਜੋਤ ਕੋਰ ਸਿੱਧੂ ਚਲਾਉਂਦੇ ਹਨ ਉਹ ਵੀ ਪੈਸੇ ਲੈਂਦੇ ਹਨ ਜਿਆਦਾ ਉਮੀਦਵਾਰ ਕਾਰਨ ਇਨ੍ਹਾਂ ਵਿਧਾਨ ਸਭਾ ਹਲਕਿਆਂ 'ਚ ਹੋਣਗੇ ਦੋ ਈਵੀਐਮ ਜੂਨਟ ਪੰਜਾਬ 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖਲ ਕਰਨ ਅਤੇ ਵਾਪਸ ਲੈਣ ਦੀ ਪ੍ਰਕਿਰਿਆ ਮੁਕੰਮਲ ਹੋਣ ਤੋਂ ਬਾਅਦ ਉਮੀਦਵਾਰਾਂ ਨੂੰ ਚੋਣ ਚਿੰਨ੍ਹ ਲਾਟ ਕਰ ਦਿੱਤੇ ਗਏ ਹਨ ਇਸ ਦੇ ਨਾਲ ਚੋਣ ਕਮਿਸ਼ਨ ਦੇ ਵੱਲੋਂ ਈਵੀਐਮ ਜੂਨਟ ਫਾਈਨਲ ਕਰਨ ਦੀ ਕਵਾਇਦ ਸ਼ੁਰੂ ਕਰ ਦਿੱਤੀ ਹੈ ਲੁਧਿਆਣਾ ਦੀਆਂ 14 ਵਿਧਾਨ ਸਭਾ ਸੀਟਾਂ ਦੀ ਗੱਲ ਕਰੀਏ ਸਾਈਨੇਵਾਲ ਪਾਇਲ ਅਤੇ ਸਾਊਥ ਵਿੱਚ ਜ਼ਿਆਦਾ ਉਮੀਦਵਾਰ ਹੋਣ ਕਰਕੇ ਦੋ ਈਵੀਐਮ ਜੂਨਟ ਲਾਉਣੇ ਪੈਣਗੇ ਪੰਜਾਬ ਦਾ ਪਾਣੀ ਦਿੱਲੀ ਲੈ ਜਾਣਾ ਚਾਹੁੰਦਾ ਹੈ ਬੈ ਰੂਪੀਆ ਕੇਜਰੀਵਾਲ ਰਾਜੇਵਾਲ ਨੇ ਕੀਤਾ ਵੱਡਾ ਬਿਆਨ ਸੰਯੁਕਤ ਕਿਸਾਨ ਮੋਰਚੇ ਦੇ ਚੋਣ ਪ੍ਰਚਾਰ ਲਈ ਪੱਪਾ ਪਾਰ ਹੋਈਆਂ ਔਰਤਾਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਲੜਨ ਜਾ ਰਹੇ ਕਿਸਾਨਾਂ ਦੇ ਇੱਕ ਵੱਖਰੀ ਰਾਜਨੀਤਿਕ ਪਾਰਟੀ ਸੰਜੁਗਤ ਸਮਾਜ ਮੋਰਚੇ ਦੇ ਉਮੀਦਵਾਰਾਂ ਨੂੰ ਪੰਜਾਬ ਦੇ ਵੱਖ-ਵੱਖ ਪਿੰਡਾਂ ਸ਼ਹਿਰਾਂ ਦੇ ਵਿੱਚ ਪਰਮਾ ਸੰਜੋਗ ਮਿਲ ਰਿਹਾ ਸੰਜੁਗਤ ਸਮਾਜ ਮੋਰਚੇ ਦੇ ਬੋਡੀ ਬਲਵੀਰ ਰਾਜੇਵਾਲ ਸਮਰਾਲਾ ਵਿਧਾਨ ਸਭਾ ਹਲਕੇ ਤੋਂ ਚੋਣ ਲੜ ਰਹੇ ਹਨ ਇਸ ਦੌਰਾਨ ਉਹਨਾਂ ਨੇ ਵੱਡੇ ਵੱਡੇ ਐਲਾਨ ਕੀਤੇ ਉਹਨਾਂ ਨੇ ਕਿਹਾ ਜੀ ਦਿੱਲੀ ਦਾ ਪਾਣੀ ਪੰਜਾਬ ਦਾ ਪਾਣੀ ਦਿੱਲੀ ਲੈ ਕੇ ਜਾਣਾ ਚਾਹੁੰਦਾ ਹੈ ਕੇਜਰੀਵਾਲੂ ਖੂਪੇ ਬਹੁ ਰੁਪਿਆ ਇਹ ਉਹ ਪੰਜਾਬ ਦੇ ਲੋਕਾਂ ਨੂੰ ਮੁਫਤ ਕੋਰ ਬਣਾ ਕੇ ਲੂਤਣਾ ਚਾਹੁੰਦਾ ਹੈ ਪੰਜਾਬ ਅੰਦਰ ਜੇਕਰ ਕਿਸਾਨਾਂ ਦੀ ਸਰਕਾਰ ਆਉਂਦੀ ਹੈ ਤਾਂ ਸਭ ਤੋਂ ਪਹਿਲਾ ਕੰਮ ਮਾਫੀਆ ਰਾਜ ਖਤਮ ਕੀਤਾ ਜਾਵੇਗਾ ਜਦੋਂ ਸਿਆਸਤ ਨੂੰ ਉਮਰ ਹੱਦ ਨਹੀਂ ਤਾਂ ਨੌਕਰੀਆਂ ਦੇ ਵਿੱਚ ਕਿਉਂ ਭਗਵੰਤਮਾਨ ਸਿਆਸਤ ਦੇ ਅੰਦਰ 94 94 ਸਾਲ ਦੇ ਬਾਬੇ ਨੂੰ ਇੱਕ ਹੋਰ ਮੌਕਾ ਮੰਗ ਰਹੇ ਹਨ ਫਿਰ ਮੁਲਾਜ਼ਮਾਂ ਨੂੰ ਉਸ ਦੀ ਉਮਰ ਦੀ ਸ਼ਰਤ ਕਿਉਂ ਲਾਗੂ ਰੱਖੀ ਹੈ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸਥਾਨਕ ਟਰੱਕ ਯੂਨੀਅਨ ਨੰਗਲ ਵਿਖੇ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਚੇਰਾ ਭਗਵੰਤ ਮਾਨ ਵੱਲੋਂ ਵਿਧਾਨ ਸਭਾ ਹਲਕਾ ਸ਼੍ਰੀ ਆਨੰਦਪੁਰ ਸਾਹਿਬ ਤੋਂ ਉਮੀਦਵਾਰ ਹਰਜੋਤ ਬੈਂਸ ਦੇ ਵੱਲੋਂ ਰੱਖੇ ਗਏ ਭਰਵੇਂ ਇਕੱਠ ਨੂੰ ਸੰਬੋਧਨ ਕਰਨ ਦਾ ਮੌਕੇ ਕੀਤਾ ਗਿਆ। ਉਹਨਾਂ ਨੇ ਕਿਹਾ ਜਦੋਂ ਤੱਕ ਸੂਬੇ ਅੰਦਰ ਵਕਵਾਕ ਧਾਰਮਿਕ ਗ੍ਰੰਥ ਸੁਰੱਖਿਤ ਨਹੀਂ ਉਦੋਂ ਤੱਕ ਮੈਂ ਵੀ ਸਿਕਿਉਰਟੀ ਲੈਣ ਦਾ ਹੱਕਦਾਰ ਨਹੀਂ। ਉਹਨਾਂ ਨੇ ਕਿਹਾ ਜਿ ਅੱਜ ਤੋਂ ਪਹਿਲਾਂ ਪੰਜਾਬ ਦੀ ਸੱਤਾ ਮਹਿਲਾਵਾਂ ਵਿੱਚੋਂ ਚੱਲਦੀ ਸੀ ਪਰ ਹੁਣ ਨੌਜਵਾਨੀ ਜਾਗਰੂਕ ਹੋ ਚੁੱਕੀ ਹੈ। ਸਟਾਰ ਪ੍ਰਚਾਰਕਾਂ ਦੀ ਲਿਸਟ ਦੇ ਵਿੱਚ ਉਹ ਨਵਜੂਦ ਸਿੱਧੂ ਬਾਰ ਬਰ ਉਸ ਦੇ ਨਾਲ ਇੱਕ ਹੋਰ ਵੱਡਾ ਝਟਕਾ ਦਿੱਤਾ ਜੀ ਉਹਨਾਂ ਨੇ ਕਯੋ ਦੇ ਵਿੱਚੋਂ ਵਾਲ ਵਾਂਗੂ ਕੱਢ ਕੇ ਬਾਹਰ ਮਾਰਿਆ ਚੰਨੀ ਨੂੰ ਮੁੱਖ ਮੰਤਰੀ ਦਾ ਚਿਹਰਾ ਲਾਂਨ ਦਿੱਤਾ ਸਿੱਧੂ ਹਰੀ ਠੋਕੋ ਤਾੜੀ ਕਰਦੇ ਹੀ ਰਹਿ ਗਏ ਸੋ ਚੋਣਾਂ ਦੇ ਵਿੱਚ ਜਿਹੜੀਆਂ ਹੁਣ ਹੋਣ ਜਾ ਰਹੀਆਂ ਨੇ ਸੋ ਸਟਾਰ ਪ੍ਰਚਾਰਕਾਂ ਦੀ ਸੂਚੀ ਤੋਂ ਬਾਹਰ ਕੱਢਣ ਤੋਂ ਬਾਅਦ ਹੁਣ ਮੁੱਖ ਮੰਤਰੀ ਦੇ ਅਹੁਦੇ ਤੋਂ ਵੀ ਲਾਂਬੇ ਕਰ ਦਿੱਤਾ ਹੈ कोरोना ਕਾਰਨ ਬੰਦ ਹੋਏ ਸਕੂਲਾਂ ਨੂੰ ਖੋਲਣ ਦੇ ਲਈ ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲ ਅਤੇ ਐਸੋਸੀਏਸ਼ਨ ਆਫ ਪੰਜਾਬ ਦੇ ਸੱਦੇ ਅਤੇ ਸਕੂਲਾਂ ਵੱਲੋਂ ਰੋਸ ਪ੍ਰਦਰਸ਼ਨ ਪੰਜਾਬ ਦੇ ਵਿੱਚ ਅਗਲੇ 2 ਦਿਨ ਪੈ ਸਕਦੀ ਹੈ ਕੜਾਕੇ ਦੀ ਠੰਡ ਛਾਈ ਰਹੇਗੀ ਸੰਘਣੀ ਧੁੰਦ ਆਈਐਮਡੀ ਦੀ ਚੇਤਾਵਨੀ ਸਰਦੀ ਦੇ ਵਿਚਕਾਰ ਹੁਣ ਧੁੰਦ ਲੋਕਾਂ ਦੀਆਂ ਮੁਸ਼ਕਲਾਂ ਨੂੰ ਹੋਰ ਵਧਾ ਰਹੀ ਹੈ ਪੰਜਾਬ ਹਰਿਆਣਾ ਚੰਡੀਗੜ੍ਹ ਦਿੱਲੀ ਅਤੇ ਪੱਛਮੀ ਉੱਤਰ ਪ੍ਰਦੇਸ਼ ਸਮੇਤ ਪੰਜਾਬ ਉੱਤਰ ਪੱਛਮੀ ਭਾਰਤ ਵਿੱਚ ਅਗਲੇ 4 ਦਿਨਾਂ ਤੱਕ ਧੁੰਦ ਛਾਈ ਰਹੇਗੀ ਮੌਸਮ ਵਿਭਾਗ ਦੇ ਅਨੁਸਾਰ ਧੁੰਦ ਤੋਂ ਇਲਾਵਾ ਅਗਲੇ 2 ਦਿਨਾਂ ਤੱਕ ਜੰਮੂ ਕਸ਼ਮੀਰ ਹਿਮਾਚਲ ਪ੍ਰਦੇਸ਼ ਉੱਤਰਾਖੰਡ ਹਰਿਆਣਾ ਚੰਡੀਗੜ੍ਹ ਤੋਂ ਉੱਤਰ ਪ੍ਰਦੇਸ਼ ਵਿੱਚ ਭਾਰੀ ਠੰਡ ਦੀ ਸੰਭਾਵਨਾ ਹੈ ਸੀਐਮ ਚੇਰੇ ਦੇ ਬਾਰੇ ਜਾਖੜ ਨੇ ਕਿਹਾ ਜਿਸ ਪਿੰਡ ਜਾਣਾ ਨਹੀਂ ਉਸ ਦਾ ਰਾਹ ਕਿਉਂ ਪੁੱਛੀਏ ਸੀਐਮ ਚੰਨੀ ਦੇ ਪਾਣ ਜੇ ਭੁਪਿੰਦਰ ਹਾਨੀ ਤੋਂ 8 ਘੰਟੇ ਪੁੱਛ ਕੇ ਚ ਸਹੀ ਸਵਾਬ ਦੇਣ ਤੋਂ ਕਤਰਾਉਂਦਾ ਰਿਹਾ ਰਮਾਨ ਦੇ ਦੌਰਾਨ ਈਡੀ ਦੇ ਵੱਲੋਂ ਲਗਭਗ 8 ਘੰਟੇ ਪੁੱਛਗਛ ਕੀਤੀ ਗਈ ਇਸ ਦੌਰਾਨ ਹਾਣੀ ਨੇ ਆਈ ਐਮ ਜਾਣਕਾਰੀਆਂ ਸਾਂਝੀਆਂ ਕੀਤੀਆਂ ਪਰ ਕਈ ਸਵਾਲਾਂ ਦੇ ਜਵਾਬ ਸਟੀਕ ਜਵਾਬ ਦੇਣ ਤੋਂ ਕੁਤਰੌਂਦਾ ਰਿਹਾ ਜਿਸ ਕਾਰਨ ਈਡੀ ਨੂੰ ਪੁੱਛਗਛ ਕਰਨ ਦੇ ਵਿੱਚ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹੈ ਵਿਪਾਗੀ ਸੂਤਰਾ ਨੇ ਮੰਨੀ ਇਹ ਦਹਾਣੀ ਨੇ ਪੰਜਾਬ ਦੇ ਵਿੱਚ ਨਾਜਾਇਜ਼ ਮਾਇਨੀ ਕੀਤੀ ਹੀ ਕੀਤੀ ਹੀ ਸਗੋਂ ਮਾਇਨਿਕ ਦੇ ਨਾਲ ਕਮਾਈ ਪੈਸੇ ਨੂੰ ਦਿੱਲੀ ਵਿੱਚ ਬੈਠੇ ਆਪਣੇ ਦੋਸਤਾਂ ਦੇ ਕਾਰੋਬਾਰਾਂ ਵਿੱਚ ਇਨਵੈਸਟ ਕੀਤਾ ਤੇ ਕੈਸ਼ ਆਪਣੇ ਕੋਲ ਰੱਖਣ ਦੀ ਥਾਂ ਆਪਣੇ ਦੋਸਤਾਂ ਦੇ ਸੇਫ ਕਸਟਡੀ ਦੇ ਵਿੱਚ ਰੱਖੇ ਈਡੀ ਨੇ ਅੱਜ ਮਾਈਨਿੰਗ ਦੇ ਨਾਲ ਸੰਬੰਧਿਤ ਖਾਣੀ ਦੇ ਘਰ ਵਿੱਚੋਂ ਮਿਲੇ ਉਸਦੇ ਦੋਸਤ ਕੁਦਰਤ ਦੀਪ ਸਿੰਘ ਨੇ ਕਾਗਜ਼ਤ ਬਾਰੇ ਸਵਾਲ ਪੁੱਛੇ ਤੇ ਇਸ ਦੇ ਵਿੱਚ ਉਸਨੇ ਕਿਹਾ ਜੀ ਉਹ ਆਪਣੇ ਦੋਸਤ ਨਾਲ ਭਾਈਵਾਰ ਕਾਰੋਬਾਰ ਦੇ ਵਿੱਚ ਭਾਈਵਾਲ ਹੈ ਕਾਂਗਰਸ ਪਾਰਟੀ ਦੇ ਸੀਐਮ ਚੇਰੇ ਦੇ ਐਲਾਨ ਤੋਂ ਪਹਿਲਾਂ ਸੁਚਾ ਸਿੰਘ ਛੋਟੇਪੁਰ ਦਾ ਵੱਡਾ ਐਲਾਨ ਰੰਦਾਵਾ ਦੇ ਹੱਕ ਵਿੱਚ ਭਗਵੰਤ ਮਾਨ ਨੇ ਜੀਰਕ ਪੁਰਚੂ ਕੱਢਿਆ ਰੋਡ ਸ਼ੋਅ ਸੁਵਿਧਾਨ ਸਭਾ ਹਲਕਾ ਡੇਰਾ ਬੱਸੀ ਚੋਣਾ ਦਾ ਸਿਆਸੀ ਖੜਾ ਭਖਿਆ ਹੋਇਆ ਸੇਤਤ ਡੇਰਾ ਬੱਸੀ ਹਲਕੇ ਦੇ ਵਿੱਚ ਉਮੀਦਵਾਰ ਕੁਲਜੀਤ ਸਿੰਘ ਰੰਦਾਵਾ ਦੇ ਹੱਕ ਵਿੱਚ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਤੇ ਮੁੱਖ ਮੰਤਰੀ ਚਿਹਰਾ ਭਗਵੰਤ ਮਾਨ ਪਹੁੰਚੇ ਭਗਵੰਤ ਮਾਨ ਵੱਲੋਂ ਰੰਦਾਵਾ ਦੇ ਹੱਕ ਵਿੱਚ ਵੱਡਾ ਰੋਡ ਸ਼ੋਅ ਕੱਢਿਆ ਗਿਆ ਹਾਈ ਕਮਾਂਡ ਦਾ ਫੈਸਲਾ ਸਭ ਨੂੰ ਮਨਜ਼ੂਰ ਕਰਨਾ ਪਵੇਗਾ ਕੁਲਦੀਪ ਗਾਇਤ ਨੇ ਵੀ ਵੱਡਾ ਬਿਆਨ ਦਿੱਤਾ ਹੈ ਭਾਜਪਾ ਛੱਡ ਕੇ ਦਰਜਨਾ